माने रहीम असलम नाजरी पिता करने प्रोग्राम की अल्लाह के बबरकत नाम नाल के जो गफुरू रही दरू दुस्त अख दस देते जी वजह तकली के कायनात मैं मैं तुट्ट हो सहरिश मुनोर बुखारी तुटे अपने प्रोग्राम पी टी वी नैशल पेशावर की लाइव ट्रांसमिशन तुवा खिदम से हाजिर हूँ जिस तरह के तहत पता है यह प्रोग्राम जिसकी पेशकश है खालिद हुसैन शाह साहब की और जरा आसिफ खटिक साहब की और तुम देख सौ इस प्रोग्राम इंजॉय कर सो और जिस तरह के कहें कि वजूद जन से तस्वीरें कायनात में रंग और यकीन वजूदे जन जस्वीरें कायनात रंगे जिस तरह के तहत पता अज का यह मखसूस दिन खूबसूरत दिन और ट्रिब्यूट पेश करने मनाया ज और आलमी सतह आज वुमेन डे वे और इस थीम जो इस साल का ए कि इन्वेस्ट इन यानी दी आ, फला और बहबूद से कम करना ਯਕੀਨਨ ਇਸ ਪਲੇਟਫਾਰਮ ਤੇ ਅਸੀਂ ਮੌਜੂਦਾ ਉਹਨਾਂ ਫੀਮੇਲਸ ਨੂੰ ਟ੍ਰਿਬਿਊਟ ਪੇਸ਼ ਕਰਦੇ ਹਾਂ ਜਿਹੜੀ ਸਮਾਜੀ ਇਕਤਸਾਦੀ ਔਰ ਇਸ ਪੂਰੇ ਮੁਆਸ਼ਰੇ ਦੀ ਫਲਾ ਔਰ ਬਕਾ ਦੀ ਖਾਤਰ ਕੰਮ ਕਰਦੀ ਹੈ ਜਣੀਆਂ ਬਿਹਤਰੀਨ ਮਾਵਾਂ ਜਣੀਆਂ ਬਿਹਤਰੀਨ ਮਹਿਮਾਰ ਜਣੀਆਂ ਬਿਹਤਰੀਨ ਟੀਚਰਸ ਡਾਕਟਰਸ ਔਰ ਮੁxtਲਿਫ ਸ਼ੋਬਿਆਂ ਦੇ ਵਿਚਕਾਰ ਜਿਹੜਾ ਤੇ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿਚਕਾਰ ਆਪਣੇ ਹੁਨਰ ਨੂੰ ਸਾਹਮਣੇ ਲੈ ਕੇ ਆਈਆਂ ਔਰ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਪਈਆਂ ਯਕੀਨਨ ਇਹ ਦੁਨੀਆ ਔਰਤਾਂ ਦੇ ਬਗੈਰ ਨਹੀਂ ਚੱਲ ਸਕਦੀ ਔਰ ਔਰਤਾਂ ਦਾ ਜਿਹੜਾ ਵਜੂਦ ਹੈ ਉਸ ਨੂੰ ਤਸلیم ਕਰਨਾ ਬਹੁਤ ਜ਼ਰੂਰੀ ਹੈ ਇਸਲਾਮ ਦੇ ਵਿਚਕਾਰ ਤੇ ਸ਼ੁਰੂ ਸੀ ਉਹਨਾਂ ਬਹੁਤ ਇੰਪੋਰਟੈਂਸ ਵੀ ਲਈ ਲੇਕਿਨ 19ਵੀਂ ਸਦੀ ਦੇ ਵਿਚਕਾਰ ਜਿਹੜਾ ਬਾਕਾਇਦਾ ਤੌਰ ਤੇ ਇਸ ਦਿਨ ਨੂੰ ਜਿਹੜਾ ਰਿਕਗਨਾਈਜ਼ ਕੀਤਾ ਗਿਆ ਸਿਰਫ ਔਰ ਸਿਰਫ ਇਸ خاطر ਤਾਂ ਕਿ ਜਿਹੜੀਆਂ ਔਰਤਾਂ ਜਿਹੜਾ ਤੇ ਉਹ ਮਾਇਸ਼ਰੇ ਦੇ ਵਿਚਕਾਰ ਕੰਮ ਕਰਦੀਆਂ ਭੀ ਹਨ ਮਾਇਸ਼ਰੇ ਦੇ ਵਿਚਕਾਰ ਕਿਸੇ ਤਰ੍ਹਾਂ ਆਪਣਾ ਇਨਪੁਟ ਪਾਦੀਆਂ ਭੀ ਹਨ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕੀਤਾ ਜਾਏ ਸਾਡਾ ਵੀ ਇਹੀ ਜਿਹੜਾ ਤੇ ਮਕਸਦ ਹੈ ਔਰ ਸਾਡੀ ਕੋਸ਼ਿਸ਼ ਵੀ ਹੈ ਇਹ ਕਿ ਉਹਨਾਂ ਫੀਮੇਲਸ ਨੂੰ ਰਿਕਗਨਾਈਜ਼ ਕਰੀਏ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕਰੀਏ ਉਹਨਾਂ ਦੇ ਕੰਮ ਨੂੰ ਸਰਾਹੀਏ ਉਹਨਾਂ ਨੂੰ ਸਾਹਮਣੇ ਲੈ ਕੇ ਆਈਏ ਤਾਂ ਕਿ ਦੁਨੀਆ ਤੱਕ ਉਹਨਾਂ ਦਾ ਬਿਹਤਰੀਨ ਚਿਹਰਾ ਪਹੁੰਚ ਸਕੇ ਸਾਡੇ ਕੋਲ ਇਸ ਟਾਈਮ ਸਟੂਡੀਓ ਦੇ ਵਿੱਚ ਇੱਕ ਬੜੀ ਖੂਬਸੂਰਤ ਇੱਕ ਪਰਸਨੈਲਿਟੀ ਮੌਜੂਦ ਹਨ ਯਕੀਨਨ ਕਿਸੇ ਤਾਰਫ ਦੀ ਮਹਤਾਜ ਨਹੀਂ ਗਿਆ ਔਰ ਅਸੀਂ ਉਹਨਾਂ ਦਾ ਬੜਾ ਜਲਦੀ ਜਲਦੀ ਜੜਾ ਤੇ ਤਾਰਫ ਕਰਾਸੀ ਹਵਤ ਨਾਲ ਗੱਪ شپ ਵੀ ਲਗਾਸੀ ਔਰ ਸਾਡੇ ਕੋਲ ਇਸ ਟਾਈਮ ਸਟੂਡੀਓ ਦੇ ਵਿੱਚ ਕਰ ਮੌਜੂਦ ਹੋਣ ਸਾਡੀ ਆਰਟਿਸਟ ਜਿਹੜਾ ਇਰਮ ਸਹਿਰ ਅਸੀਂ ਉਹਨਾਂ ਨੂੰ ਵੈਲਕਮ ਕਰੀਏ ਅਸਲਾਮੁਅਲੈਕੁਮ ਰਬ ਅਸਲਾਮੁਅਲੈਕੁਮ ਕਿਸ ਤਰ੍ਹਾਂ ਜੀ <laughs> तो लगते पे माशाल्लाह और देख लो तुसी, इसी के वजूद है तस्वीरें में रंग और एक खूबसूरत औरतियां मुआशरे के किसी तरह अपना इनपुट पादिया पीएन ताकि मुआशरे खूबसूरत बढ़ा सकन असं जरा इरम गए इरम बींग ਵਮਨ ਇਸ ਮੌਸ਼ਰੇ ਦੇ ਵਿਚਕਾਰ ਕਿਸ ਤਰ੍ਹਾਂ ਜਿਹੜਾ ਆਪਲਾ ਕੰਟਰੀਬਿਊਸ਼ਨ ਪਾਦੀ ਪਈ ਯਕੀਨਨ ਤੁਹਾਨੂੰ ਇਹਨਾਂ ਨੂੰ ਬਹੁਤ ਸਾਰੇ ਡਰਾਮਿਆਂ ਦੇ ਵਿੱਚਕਾਰ ਦੇਖਿਆ ਸੀ ਤੁਹਾਨੂੰ ਦੇਖੋ ਅਸੀਂ ਮੌਸ਼ਰੇ ਦੀ ਇਸਲਾ ਦੀ ਖਾਤਰ ਬਹੁਤ ਸਾਰੇ ਕੈਰੈਕਟਰ ਇਹਨਾਂ ਨੇ ਅਡਾਪਟ ਕੀਤੇ ਨੇ ਔਰ ਲੋਕਾਂ ਤੱਕ ਕੋਈ ਨਾ ਕੋਈ ਨਤੀਜਾ ਕੋਈ ਨਾ ਕੋਈ ਮਕਸਦ ਕੋਈ ਨਾ ਕੋਈ ਕੋਈ ਸੋਸ਼ਲ ਟੈਬੂ ਕੋਈ ਨਾ ਕੋਈ ਇਕਤਸਾਦੀ ਜਿਹੜਾ ਇਸ਼ੂ ਹੈ ਉਹ ਪਹੁੰਚਾਇਆ ਅਸੀਂ ਯਕੀਨਨ ਗੱਲ ਕਰਤੀ ਹੈ ਇਰਮਾਨ ਇਰਮ ਇਹ ਬਤਾਓ ਕਿ ਇਹ ਮੁਸ਼ਕਿਲ ਨਹੀਂ ਲੱਗਦਾ ਕਿ ਇੱਕ ਫੀਮੇਲ ਜਿਹੜਾ ਤੇ ਉਹ ਕਾਰ ਸੀ ਬਾਹਰ ਨਿਕਲ ਦੀਏ ਕੰਮ ਕਰ ਦੀਏ ਬਹੁਤ ਉਸ ਦੇ ਵਿਚਕਾਰ ਮੁਆਸ਼ਰੇ ਦੇ ਮੁxtਲਿਫ ਸਾਡੇ ਕਿਉਂਕਿ ਮੁਆਸ਼ਰੇ ਦੇ ਵਿਚਕਾਰ ਟੈਬੂਸ ਬਹੁਤ ਜ਼ਿਆਦਾ ਹਨ ਫੀਮੇਲਸ ਨੂੰ ਇਤਨਾ ਜ਼ਿਆਦਾ ਅਪਰੀਸ਼ੀਏਟ ਨਹੀਂ ਕੀਤਾ ਜਾਂਦਾ ਫੈਮਲੀ ਸੀ ਵੀ ਸਟ्रेस ਹੁੰਦਾ ਇਹ ਚੀਜ਼ਾਂ ਦੀ ਇਸ ਦੇ ਵਿਚਕਾਰ ਜਿਹੜਾ ਕਰੋ ਨਿਕਲਣਾ ਔਰ ਸਾਰਾ ਕੁਝ ਕਰਨਾ ਕਿਸ ਤਰ੍ਹਾਂ ਲੱਗਦਾ ਹੈ ਬਹੁਤ ਮੁਸ਼ਕਿਲ ਲੱਗਦਾ ਹੈ ਹਾਂਜੀ ਮਗਰ ਐਵੇਂ ਕਿ ਇਨਸਾਨ ਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ यकीन जरा पुख्ता इरादा करो तो अल्लाह तौला जरूर सूँ कामयाबी रहता है यकीन इरमी जिंदगी का एक बहुत खूबसूरत सफ़र जरा बहुत अरसे जाए टैलीविजन वाबस्ते की बहुत किए बहुत सारे लोगों की कहानियां थोड़े सामने आईया उस जिन्हों के उत्ते एक्ट अपॉन किया ਤੁਸੀਂ ਇਹ ਬਤਾਓ ਕਿ ਕਿਹੜਾ ਐਸਾ ਕੈਰੈਕਟਰ ਹੈ ਜਿਹੜਾ ਅਜੇ ਤੱਕ ਤੁਹਾਡੇ ਦਿਲ ਤੇ ਨਕਸ਼ੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਇਸ ਮੌਜੂਦੇ ਦੇ ਵਿਚਕਾਰ ਇਸ ਤਰ੍ਹਾਂ ਦੇ ਰੋਲਸ ਨੂੰ ਸਾਹਮਣੇ ਲੈਣਾ ਚਾਹੀਦਾ ਹੈ ਜਾਂ ਇਸ ਤਰ੍ਹਾਂ ਦੇ ਮਸਾਇਲ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਜੀ ਪਹਿਲੇ ਤਾਂ ਮੈਂ ਇੱਕ ਐਸਾ ਕਿ ਜਿਹੜਾ ਆਰਟਿਸਟ ਹੁੰਦੇ ਉਸ ਵਾਰ ਸੇ ਆਪਣਾ ਕੈਰੈਕਟਰ ਬਚਿਆਰ ਹੁੰਦਾ ਨਾ ਸਹੀ ਤੇ ਮੈਂ ਇਹ ਨਹੀਂ ਕਹਿ ਸਕਨੀ ਕਿ ਮੈਂ ਕਿਸ ਕੈਰੈਕਟਰ ਨਾਲ ਜ਼ਿਆਦਾ ਮੁਹੱਬਤ ਆਈ ਜਾਂ ਦਿਲ ਨਾਲ ਕੀਤਾ ਮੈਨੇ ਹਰ ਕੈਰੈਕਟਰ ਦਿਲ ਨਾਲ ਕੀਤਾ ਤੇ ਉਸੇ ਚ ਹਰ ਕੈਰੈਕਟਰ ਇਸ ਮੇਰਾ ਕੋਈ ਨਾ ਕੋਈ ਮੈਸੇਜ ਆਉਂਦਾ ਹੈ ਮੇਰਾ ਕੋਈ ਵੀ ਡਰਾਮਾ ਉਠਾਓ ਕੋਈ ਵੀ ਇਸ ਤਰ੍ਹਾਂ ਕੋਈ ਸਟੇਜ ਪਲੇ ਹੋਵੇ ਫਿਲਮ ਹੋਵੇ ਉਸੇ ਚ ਕੋਈ ਨਾ ਕੋਈ ਜ਼ਰੂਰ ਮੈਸੇਜ ਆਉਂਦਾ ਹੈ ਤੇ ਹਰ ਕੈਰੈਕਟਰ ਮੇਰੇ ਵਾਸਤੇ ਅਨਮੋਲ ਹੈ ਬੇਹਤਰੀਨ ਇਹ ਕਿ ਇਹ ਐਨਜ਼ਾਇਰ ਸੀ ਕਰਨ ਇਰਮ ਜਿਸ ਤਰ੍ਹਾਂ ਕਿ ਦੇਖੋ 19ਵੀਂ ਸਦੀ ਦੇ ਵਿਚਕਾਰ ਇਸ ਦਿਨ ਨੂੰ ਬਾਕਾਇਦਾ ਤੌਰ ਤੇ ਰਿਕਗਨਾਈਜ਼ ਕੀਤਾ ਗਿਆ ਔਰ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੇ ਫੀਲਡ ਦੇ ਵਿਚਕਾਰ ਕੋਈ ਕੰਮ ਕੀਤਾ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਹੈ ਤੁਸੀਂ ਦੇਖੋ ਕਿ ਜੰਗ ਦਾ ਮਹਾਜ਼ ਵੀ ਹੋਵੇ ਤੇ ਉਸ ਦੇ ਵਿਚਕਾਰ ਵੀ ਫੀਮੇਲ ਡਾਕਟਰਸ ਫੀਮੇਲ ਨਰਸਿਸ ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਹੁੰਦੀ ਹੈ ਇਸੇ ਤਰ੍ਹਾਂ ਅਗਰ ਤਾਲੀਮ ਦਾ ਵੀ ਦੇਖੋ ਤੇ ਉਸ ਦੇ ਵਿੱਚਕਾਰ ਟੀਚਰਸ ਫੀਮੇਲ ਟੀਚਰਸ ਜਿਹੜੀਆਂ ਹੁੰਦੀਆਂ ਹਨ ਉਹਨਾਂ ਦਾ ਜਾਂ ਪ੍ਰਿੰਸੀਪਲਸ ਇਹਨਾਂ ਦਾ ਬੜਾ ਇਨੀਸ਼ੀਏਟਿਵ ਹੁੰਦਾ ਹੈ ਇਸੇ ਇਲਾਵਾ ਅਗਰ ਤੁਸੀਂ ਮੁਖਤਲਫ ਫੀਲਡਸ ਦੇਖੋ ਵਕੀਲ ਹੋ ਗਏ ਜਾਂ ਇੰਜੀਨੀਅਰਿੰਗ ਦੀ ਫੀਲਡ ਹੁੰਦੇ ਉਹ ਵੀ ਬਹੁਤ ਅੱਗੇ ਲੋਕ ਚਲੇ ਗਏ ਔਰ ਇਸੇ ਤਰ੍ਹਾਂ ਆਰਮੀ ਦੇ ਵਿੱਚਕਾਰ ਨੇਵੀ ਦੇ ਵਿੱਚਕਾਰ ਹਰ ਫੋਰਸ ਦੇ ਵਿੱਚਕਾਰ ਹਰ ادارے ਦੇ ਵਿੱਚਕਾਰ ਫੀਮੇਲਸ ਦਾ ਬੜਾ ਇੰਪੋਰਟੈਂਟ ਜੀ ਜੀ ਬਿਲਕੁਲ ਇਸਲਾਮ ਨੇ ਪਹਿਲੇ ਦਿਨ ਸੀ ਔਰਤਾਂ ਨੂੰ ਨਾ ਦੇ ਹਕੂਕ ਦੇ ਦਿੱਤੇ ਔਰ ਕੁਰਾਨੇ ਪਾਕ ਨੇ ਇਸ ਚੀਜ਼ ਨੂੰ ਬੜਾ ਕਲੀਅਰ ਕਰ ਦਿੱਤਾ ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਉਨ ਇਸ ਵੀ ਸੱਦੀ ਦੇਸ਼ਕਾਰ ਅੰਗਰੇਜ਼ਾਂ ਨੂੰ ਇਹ ਫੀਲ ਹੋਇਆ ਕਿ ਉਹਨਾਂ ਨੂੰ ਵੀ ਆਪਣੀ ਔਰਤਾਂ ਨੂੰ ਰਿਕਗਨਾਈਜ਼ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਆਪਣੀ ਔਰਤਾਂ ਦੇ ਹੱਥੇ ਇੱਕ ਮਖਸੂਸ ਦਿਨ ਮਨਾਵੇ ਸਾਡੇ ਹੱਥੇ ਤਿਹਾੜ ਦਿਨ ਔਰਤਾ ਦਾ ਦਿਨ ਹੈ ਅਸੀਂ ਤੇ ਹਰ ਦਿਨ ਕੰਟਰੀਬਿਊਟ ਕਰਨੇ ਔਰ ਹਰ ਦਿਨ ਕੋਸ਼ਿਸ਼ ਕਰਨੇ ਕਿ ਆਪਣੀ والدہ ਨੂੰ ਹਰ ਦਿਨ ਸਾਡਾ ਦਿਨ ਹੁੰਦਾ ਹੈ ਸਾਡੇ ਸਾਡਾ ਦਿਨ ਹੁੰਦਾ ਹੈ ਔਰ ਯਕੀਨਨ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਦਿਨ ਖੂਬਸੂਰਤ ਹੋਵੇ ਲੇਕਿਨ ਇਹ ਬੜਾ ਇੱਕ ਖੂਬਤੂਰ ਖੂਬਸੂਰਤ ਇਨੀਸ਼ੀਏਟਿਵ ਹੈ ਕਿ ਜਿਹੜੀਆਂ ਔਰਤਾਂ ਸਾਲ ਦੇ 12 ਮਹੀਨੇ ਦਿਨ ਰਾਤ ਕੰਮ सफाई भी करनी करनी है, है खुशी भी भी और उस दिन आल टाइम करना है। बिल्कुल। तो उस दी दी बहुत जरूरत है खूबसूरत तो किस तरह मना दिन मना प अपनी खावान खतन जड़े डिजाइनर उन फैशन डिजायनर ब्यूटिशन सारे जितने भी टैलेंट है मेरे आस पास बहुत ज्यादा है ਤੇ ਮੈਂ ਹਮੇਸ਼ਾ ਉਹਨਾਂ ਵਾਂਗ ਸੇ ਕੰਮ ਕਰ ਲੀਆ ਤੇ ਸੋਹਣੇ ਇੱਕ ਗੱਲ ਕੀਤੀ ਹੈ ਕਿ ਸਾਰੇ ادارے ਦੇ ਲੋਕ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੇ ਅਸੀਂ ਜਿਹੜਾ ਕੰਮ ਕਰਨੀਆਂ ਉਹ ਕਿਤਾਬਾਂ ਸਿ ਹਟ ਕੇ ਯਾਨੀ ਕਿ ਕੋਈ ਅੱਜ ਕੱਲ ਕਿਤਾਬਾਂ ਦਾ ਦੌਰ ਨਹੀਂਗਾ ਕੋਈ ਕਿਤਾਬ ਚੁੱਕ ਕੇ ਨਹੀਂ ਪੜਦਾ ਪੀਆ ਤੇ ਅਸੀਂ ਉਹ ਕਿਤਾਬਾਂ ਦਾ ਮੈਸੇਜ ਜੜਾ ਹੈ ਉਹ ਡਰਾਮਾਈ ਅੰਦਾਜ਼ੇ ਚ ਅਸੀਂ ਪੇਸ਼ ਕਰਨਿਆ ਯਕੀਨਨ ਤੇ ਅੱਜ ਕੱਲ ਡਰਾਮਾਈ ਸਾਰੇ ਬੱਚੇ ਡਰਾਮਾਬਾਜ਼ ਵੀ ਹੋ ਗਏ ਇੰਤਜ਼ਾਰਾ ਇਸਨ ਸੋਸ਼ਲ ਮੀਡੀਆ ਵੀ ਜ਼ਿਆਦਾ ਹੋ ਗਈ ਹੈ ਤੇ ਅਸੀਂ ਆਪਣਾ ਮੈਸੇਜ ਜੜਾ ਹੈ ਸਾਡੇ ਕਿਤਾਬਾਂ ਸੀ ਨਿਕਲਦੇ ਸਾਡੇ ਰਾਈਟ ਚੜਾਏ ਹੋਣ ਬੜੇ ਅੱਛੇ ਅੱਛੇ ਕੰਮ ਕਰਦੇ ਪੈਣ ਸਾਡੇ ਜਿੰਨੇ ਡਾਇਰੈਕਟਰਜ਼ ਉਹ ਅੱਛੇ ਮੈਸੇਜ ਤੇ ਕੰਮ ਕਰਦੇ ਪੈਣ ਤੇ ਐਵੇਂ ਕਿ ਅਸੀਂ ਡਰਾਮੇ ਦੇ ਅੰਦਾਜ਼ੇ ਚ ਆਪਣੇ ਵੀਵਰ ਨੂੰ ਅੱਛਾ ਮੈਸੇਜ ਦੇਣੀ ਆ ਹੋ ਸਕਦਾ ਹੈ ਉਸੇ ਉਹਨਾਂ ਨੂੰ ਕੋਈ ਨੌਲੇਜ ਆਸੇ ਲੋਚ ਜਾਵੇ ਯਕੀਨਨ यकीन ये बहुत खूबसूरत जरागाम है और यकीन कोशिश यही होंगी मुख्तिफ ड्रामिया दे के जरिए कि लोगों तक उन्होंने मसायलू पहुँचा सको जिन्हें नज़रसानी करके चीज़ा बेहतर किया जाए तो आने देखा उसी मैंने वाइट कलर पाया है और इरम ने लकीली खुद ही पर्पल कलर पाया अज का थीम भी जरा वोमिन वो डे हवाले तीन कलर हो वाइट औरपल ਮਤਲਬ ਸਾਨੂੰ ਸਾਨੂੰ ਪਤਾ ਨਹੀਂ ਹੈ ਨਾ ਸ਼ਾਹ ਜੀ ਨੇ ਵੀ ਨਹੀਂ ਕੀਤਾ ਮਨੂੰ ਪਤਾ ਨਹੀਂ ਹੈ ਤੁਸੀਂ ਆਦੇ ਪਤੇ ਸਾਨੂੰ ਇਸ ਥੀਮ ਨੂੰ ਪੂਰੀ ਤਰ੍ਹਾਂ ਜਿਹੜਾ ਤੇ ਕਾਪੀ ਪੇਸਟ ਕੀਤਾ ਹੈ ਕਿ ਸਾਨੂੰ ਕੋਸ਼ਿਸ਼ ਕੀਤੀ ਕਿਸ ਦਿਨ ਨੂੰ ਪ੍ਰੋਪਰ ਮਨਾ ਲਈਏ ਇਰਮ ਬਹੁਤ ساری ਐਸੀ ਚੀਜ਼ਾਂ ਹੁੰਦੀਆਂ ਮੁਆਸ਼ਰੇ ਦੇ ਵਿਚਾਰ ਕਿ ਜਿਹੜੀ ਅਸੀਂ ਚਾਹਨੇ ਕਿ ਉਸ ਨੂੰ ਕਵਰ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਤੇ ਉਹਨਾਂ ਦਾ ਕੋਈ ਸਦਬਾਬ nikala ਜਾਵੇ ਫੀਮੇਲਸ ਦੇ حوالے ਨਾਲ ਤੁਸੀਂ ਦੇਖੋ ਕਿ ਇੱਕ ਟਾਈਮ ਐਸਾ ਹੈ ਕਿ ਲੋਕ ਆਪਣੀ ਬੱਚੀਆਂ ਨੂੰ ਨਹੀਂ ਪੜਾਉਂਦੇ ਲੇਕਿਨ ਹੁਣ ਇਹ ਚੀਜ਼ ਖਤਮ ਹੋ ਗਈ ਹੈ ਹੁਣ ਤੁਸੀਂ ਦੇਖੋ ਦੂਰ ਦਰਾਜ ਇਲਾਕਿਆਂ ਦੇ ਵਿੱਚਕਾਰ ਵੀ ਲੋਕ ਆਪਣੇ ਬੱਚਿਆਂ ਨੂੰ ਅਵੇਰਨੈਸ ਫੀਮੇਲਸ ਨੂੰ ਪੜ੍ਹਾਉਂਦੇ ਨੇ ਲੜਕੀਆਂ ਨੂੰ ਅਗਰ ਨਹੀਂ ਵੀ ਪੜ੍ਹਾਉਂਦੇ ਤੇ ਲੜਕੀਆਂ ਨੂੰ ਜ਼ਰੂਰ ਪੜ੍ਹਾਉਂਦੇ ਉਸ ਦੇ ਨਾਲ ਨਾਲ ਹੁਣ ਅੱਜਕੱਲ ਜਿਹੜਾ ਇਹ ਥੀਮ ਜਿਹੜਾ ਵੇ ਇਨਵੈਸਟ ਇਨ ਊਮਨਸ ਬੇਸਿਕਲੀ ਊਮਨ ਇੰਪਾਵਰਮੈਂਟ ਨੂੰ ਬਹੁਤ ਜ਼ ਤੁਸੀਂ ਔਰਤਾਂ ਨੂੰ ਮੌਕਾ ਦਿਵੋ ਕਿ ਉਹ ਇਸ ਕਾਬਿਲ ਹੋਣ ਕਿ ਉਹ ਮਾਸਟਰੇ ਦੇ ਵਿਚਾਰ ਜਿਹੜਾ ਆਪਣਾ ਇੱਕ ਇਨਪੁਟ ਪਾ ਸਕੋ ਯਾਨੀ ਉਹ ਕੋਈ ਇੰਡੀਪੈਂਡੈਂਟ ਹੋ ਜਾਵਾਂ ਇੰਡੀਪੈਂਡੈਂਟ ਕੋਈ ਬਿਜ਼ਨਸ ਕਰ ਲਵਾਂ ਕੋਈ ਕਾਰੋਬਾਰ ਕਰ ਲਵਾਂ ਕੁਝ ਐਸਾ ਔਰ ਕਿਸੇ ਦੇ ਮਹਤਾਜ ਨਾ ਲੇਕਿਨ ਉਸ ਦੀ ਖਾਤਰ ਸਭ ਤੋਂ ਜ਼ਰੂਰੀ ਹੈ ਕਿ ਪਹਿਲੇ ਤੇ ਉਹਨਾਂ ਦੀ ਫੈਮਲੀ ਦੇ ਲੋਕ ਇਸ ਚੀਜ਼ ਨੂੰ ਸਮਝਣ ਕਿ ਇਸ ਫੀਮੇਲ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ਉਹ ਸਿਰਫ ਤੁਹਾਡੀ ਮੁਲਾਜ਼ਮਾ ਨਹੀਂ ਗਈ ਤੁਹਾਡੇ ਘਰ ਦੇ ਕੰਮ ਸਿਰਫ ਨਾ ਕਰਦੀ ਬਲਕਿ ਉਸ ਦੀ ਆਪਣੀ ਵੀ ਇੱਕ ਜ਼ਿੰਦਗੀ ਹੈ ਔਰ ਖੁਦ ਇੱਕ ਐਂਟੀਟੀ ਹੈ ਅਗਰ ਕੋਈ ਔਰਤ ਅਗਰ ਅੱਗੇ ਜਾਂਦੀ ਹੈ ਨਾ ਤੇ ਉਸ ਦੀ ਬੈਕ ਤੇ ਸਭ ਤੋਂ ਵੱਡੀ ਸਪੋਰਟ ਇੱਕ ਮਰਦ ਹੁੰਦੀ ਹੈ ਉਹ ਫਾਦਰ ਦੀ ਸ਼ਕਲ ਵਿੱਚ ਵੀ ਹੁੰਦੇ ਹੈ ਉਹ ਭਾਈ ਦੀ ਸ਼ਕਲ ਵਿੱਚ ਤੇ ਉਹ ਸ਼ਹਰ ਹੋਵੇ ਬੇਟਾ ਹੋਵੇ ਤੇ ਇਹ ਸਾਰੇ ਜਿੰਨੇ ਵੀ ਬਿਸ਼ੇ ਜੀ ਸਾਨੂੰ ਪੁਸ਼ ਕਰਨੇ ਵਾਸਤੇ ਮਰਦ ਦਾ ਸਪੋਰਟ ਹੋਣਾ ਬੜਾ ਜ਼ਰੂਰੀ ਹੋਣਾ ਬੀਸਿਕਲੀ ਦੇਖੋ ਇਹ ਜਿਹੜਾ ਥੀਮ ਇਸ ਦਫਤਾ ਹੈ ਇਹ ਆਇਆ BC ਚੀਜ਼ ਤੇ ਵੇ ਕਿ ਜਿਹੜੇ ਲੋਕ ਤੁਹਾਡੇ ਮਾਹੌਲੇ ਦੇ ਵਿਚਕਾਰ ਤੁਹਾਡੇ ird girdੋਂ ਚਾਹੇ ਉਹ ਮੇਲ ਹੋਣ ਚਾਹੇ ਉਹ ਫੀਮੇਲ ਹੋਣ ਉਹ ਕੰਟਰੀਬਿਊਟ ਕਰਨ ਤਾਂ ਕਿ ਔਰਤਾਂ ਇਮਪਾਵਰਮੈਂਟ ਦੀ ਤਰਫ ਤੁਸੀਂ ਪਹਿਲਾ ਕਦਮ ਉਠਾ ਸਕੋ ਤੁਸੀਂ ਦੇਖੋ ਅੱਜ ਕੱਲ੍ਹ ਦੁਨੀਆ ਇਤਨੀ ਗਲੋਬਲ ਵਿਲੇਜ ਹੋ ਗਈ ਹੈ ਲੋਕ ਕਿਹਨਾਂ ਸੀ ਕਾਰੋਬਾਰ 'ਤੇ ਕਰਦੇ ਲੋਕ ਖਾਣੇ ਪਕਾ ਕੇ ਕਰਾਂ ਸੀ ਮੁਖਤਲਫ ਸਕੂਲ ਕਾਲਜਸ ਦੇ ਵਿਚਕਾਰ ਵੀ ਡਿਪੈਂਡ ਲੋਕ ਕਰਾਂ ਦੇ ਵਿਚਕਾਰ ਛੋਟੇ ਛੋਟੇ ਬਿਜ਼ਨਸ ਕਰਦੇ ਪੈਨ ਮੇਕਅਪ ਪ੍ਰੋਡਕਟਸ ਪੇ ਬਣਾ ਜਾਤਵੇ ਕਿ ਔਰਤਾਂ ਜਿਹੜੀਆਂ ਮੌਸਰੇ ਦੇ ਵਿਚਕਾਰ ਹਨ ਉਹਨਾਂ ਦੇ ਕੋਲ ਅਗਰ ਕੋਈ ਹੁਨਰ ਹੈ ਤੇ ਉਸ ਦੇ ذریعے ਉਹ ਪੈਸਾ ਵੀ ਕਮਾ ਸਕੋਨ ਉਹ ਇਸ ਮਕਾਮ ਤੱਕ ਪਹੁੰਚ ਸਕੋਨ ਕਿ ਉਹਨਾਂ ਨੂੰ ਕਿਸੇ ਦੀ ਮਹਤਾਜੀ ਨਾ ਰਹੇ ਕੋਈ ਮੁਸ਼ਕਿਲ ਵਕਤ ਆਵੇ ਤੇ ਉਹਨਾਂ ਨੂੰ ਇਹ ਫੀਲ ਨਾ ਹੋਵੇ ਕਿ ਮੇਰੇ ਸਿਰ ਤੇ ਮਰਦ ਨਹੀਂਗਾ ਤੇ ਮੈਂ ਇਸ ਹਾਲਾਤ ਵਿੱਚ ਕਿਸ ਤਰ੍ਹਾਂ ਚਾਹਾਂ ਜਾਂ ਕਿਸ ਤਰ੍ਹਾਂ ਕੰਟਰੀਬਿਊਟ ਕਰਾਂ बिल्कुल स्त्री ते तुसी ये बताओ की तुस तोडा के आईडिया वे ऑनेस्ट कोई नवा फर्दर तो आने सोचा है कि मतलब विमेन एंपावरमेंट इज आई जी गले तुसी ते बात तुम्हारी कंट्रीब्यूशन है मुख्तलिफ ड्रामिया के जरिए तुसी मैसेजेस पहुंचांदे हो थिएटर खुद एक मतलब तुसी खुद एक प्रोमिनेंट फिगर हो थानु देख के बहुत सारी ऐसी फीमेल्स असन जिना दा दिल चांदा असो ड्रामाज कम करन और टेलीविजन ते आवन यकीनन के ए भी एक मोटिवेशन है ना इस अलावा थानु के लगता है के मोटिवेशन होनी चाहिए और तो से केसी हुनस के ऐसा करिए के मतलब वो जदो करन सी निकलो तो नानु सिक्योर फील होर ਆ ਸਾਰੀ ਸਿਕਿਉਰਤਾ ਅਸੀਂ ਆਵਾ ਸ਼ੁਕਰ ਹੈ ਅੱਲਾ ਦਾ ਕਿਉਂਕਿ ਅਗਰ ਤੁਸੀਂ ਆਪ ਅੱਛੇ ਹੋ ਤੁਸੀਂ ਟੈਲੈਂਟਡ ਹੋ ਤੇ ਸਾਡਾ ਜਿਹੜਾ ਟੈਲੈਂਟ ਹੈ ਨਾ ਉਹ ਚੁੱਪ ਨਹੀਂ ਸਕਦਾ ਯਕੀਨ ਹੈ ਉਹ ਦੁਨੀਆ ਦੇ ਸਾਹਮਣੇ ਆ ਜਾਂਦੇ ਜਿਸ ਤਰ੍ਹਾਂ ਕਿ ਤੁਸੀਂ ਵੀ ਹੋ ਤੁਸੀਂ ਆਪ ਵੀ ਮਾਸ਼ਾਅੱਲਾ ਬੜੇ ਟੈਲੈਂਟਡ ਹੋ ਕਾਰਨ ਵੀ ਟਾਈਮ ਦਿੰਦੇ ਹੋ ਜਾਬਨ ਵੀ ਦਿੰਦੇ ਹੋ ਤੇ ਹੋਣਾ ਚਾਹੀਦਾ ਕਿ ਕਮਸ ਕਮ ਆਪਣੀ ਔਲਾਦ ਤੇ ਆਪਣੀ ਪੈਣ ਤੇ ਤੇ ਆਪਣੀ ਯਾਨੀ ਕਿ ਜੜਾ ਵੀ ਰਿਸ਼ਤਾ ਹੋਵੇ ਉਸ ਤੇ ٹرسٹ ਹੋਣਾ ਚਾਹੀਦਾ ਤੁਸੀਂ ٹرسٹ ਕਰ ਸੋ ਤੇ ਉਹ ਸਾਰੇ ਮੈਦਾਨੇ ਚ ਆ ਗਏ ਉਸ ਮੈਂ سپورਟ ਪਲੇਅਰ ਵੀ ਰਹਿ ਚੁਕੀਆਂ ਤੇ ਉਸ ਦੇ ਨਾਲ ਆਰਟਿਸਟ ਵੀ ਆ ਤੇ ਅਲਹਮਦੁਲਿਲਾ ਜਿੰਨਾ ਕੁਝ ਮੇਰੇ ਸੀ ਹੋ ਸਕਦੇ এডਿਕੇਸ਼ਨ ਮੇ ਲਾਈਵ ਡਰਾਮਾ ਕਰਨੀਆਂ ਥੀਏਟਰ ਜੀ ਔਰ ਸਬਸਟਰੀਅਸ ਬਹੁਤ ਮੁਸ਼ਕਿਲ ਕੰਮ ਬੈਕਵਰਡ ایرিয়া ਜਿੰਨੇ ਵੀ ਉਸ ਸਾਡੇ ਏਜੰਸੀ ਸਾਈਡ ਹੋ ਗਏ ते अगर सी अवेयरनेस वाले ए कम ना कर सके तो वह साढ़ा शो छोड़ा जड़ा है ना वो फजूल। फजूल। क्योंकि अगर असिस्ट स्क्री... हाँ ना स्क्रीन, स्क्रीन द मैस स्क्रीन द जड़ा है ना फायदा उठाओ अच्छे मैसेज वाले। यकीन ਤੇ ਮੈਸੇਜ ਪਹੁੰਚਣਾ ਵੀ ਚਾਹੀਦਾ ਹੈ ਦੇਖੋ ਅੱਜ ਕੱਲ ਦੇ ਡਰਾਮੇ ਦੇ ذریعے ਬਤਾਂਦੇ ਨੇ ਕਿ ਫੀਮੇਲਸ ਕਰਾਂ ਦੇ ਵਿਚਕਾਰ ਬੈਠ ਕੇ ਸिलाई ਕਰਕੇ ਫੈਸ਼ਨ ਡਿਜ਼ਾਈਨਿੰਗ ਕਰਕੇ ਮੇਕਅਪ ਆਨਲਾਈਨ ਆਸਕਲ ஆன்ਲਾਈਨ ਮਤਲਬ ਕੰਮ ਬੋਲਦੇ ਹੈ ਜੀ ਬਿਲਕੁਲ ਔਰ ਇਹ ਬੇਸਿਕਲੀ ਸਿਖਾਤ ਹੈ ਕਿ ਊਮਨ ਏਮਪਾਵਰਮੈਂਟ ਜੜੀਏ ਜ਼ਰੂਰੀ ਨਹੀਂ ਕਿ ਆ ਸਾਰੀ ਫੀਮੇਲਸ ਪੜੀਆਂ ਲਿਖੀਆਂ ਹੋਣ ਔਰ ਉਹ ਜਿਹੜੇ ਮੁਖਤਲਫ ਡਿਪਾਰਟਮੈਂਟਸ ਦੇ ਵਿਚਕਾਰ ਕੋਈ ਨੌਕਰੀਆਂ ਹੀ ਕਰ ਦੇਵੇ ਐਸੀ ਫੀਮੇਲਸ ਵੀ ਕਿ ਜਿਹੜੀ ਕਰਾਂ ਦੇ ਵਿਚਕਾਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਚਾਹੇ ਜਾਂ ਉਹ ਕੋਸ਼ਿਸ਼ ਕਰ ਸਕਣ ਜੀ ਬਿਲ ਤੱਕ ਪਹੁੰਚਾਈਏ ਕਿ ਤੁਸੀਂ ਆਪਣੀਆਂ ਬੇਟੀਆਂ ਦੀ ਆਪਣੀ ਪੈਣਾ ਨੂੰ ਆਪਣੀ ਫੀਮੇਲਸ ਨੂੰ ਇਤਨਾ ਖੂਬਸੂਰਤ ਐਟਮਾਸਫੇਅਰ ਦੇਵੋ ਕਿ ਉਹਨਾਂ ਨੂੰ ਕੰਮ ਕਰਦੇ ਹੋ ਹੈਜ਼ਿਟੇਸ਼ਨ ਫੀਲ ਨਾ ਹੋਵੇ ਉਹਨਾਂ ਨੂੰ ਇਹ ਡਰ ਨਾ ਮਹਿਸੂਸ ਹੋਵੇ ਕਿ ਅਗਰ ਉਹ ਤੁਹਾਡੇ ਨਾਲ ਆਪਣਾ ਆਈਡੀਆ ਸ਼ੇਅਰ ਕਰਨ ਤੇ ਉਹਨਾਂ ਨੂੰ ਇਹ ਲੱਗੇ ਕਿ ਅਗੋਸੀ ਮਨੂ ਸਨਪ ਕਰ ਦਿੱਤਾ ਜਿਸੀ ਔਰ ਮਨਾ ਕਰ ਦਿੱਤਾ ਜਿਸੀ ਯਕੀਨਨ ਇਹ ਬਹੁਤ ਖੁਸ਼ ਆਇਨ ਚੀਜ਼ ਹੈ ਔਰ ਅੱਜ ਦਾ ਇਹ ਹਵਾਲਾ ਔਰ ਅੱਜ ਦਾ ਇਹ ਦਿਨ ਇਸੀ ਖਾਤਰ ਮਨਾਇਆ ਜਾਂਦਾ ਹੈ ਅੱਜ ਦੇ ਇਸ ਦਿਨ ਦੇ ਵਿੱਚ ਕਾ ਤੁਸੀਂ ਦੇਖੋ ਬਹੁਤ ਸਾਰੀ ਜਗ੍ਹਾ ਤੇ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ ਰੇਲੀਆਂ ਹੁੰਦੀਆਂ ਹਨ ਮੁਖਤਲ ਆਰਮੀ ਚੌਂ ਜੜੀਆਂ ਪੁਲਿਸ ਚੌਂ ਜੜੇ ਡਾਕਟਰ ਜਿਹੜੇ ਪ੍ਰੋਫੈਸਰ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਬਕਾਇਦਾ ਬੁਲਾਇਆ ਜਾਂਦਾ ਲੋਕਾਂ ਦੇ ਸਾਹਮਣੇ ਲਿਆਇਆ ਜਾਂਦਾ ਉਹਨਾਂ ਨੂੰ ਸ਼ੀਲਡਸ ਦਿੱਤੀਆਂ ਜਾਂਦੀਆਂ ਸਵਿਨੀਆਂ ਦਿੱਤੇ ਜਾਂਦੇ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਅੱਜਕਲ ਫੀਲਡਸ ਇਤਨੀ ਜ਼ਿਆਦਾ ਹੋ ਗਈਆਂ ਇੱਕ ਮੈਂ ਉਸ ਦਿਨ ਵੀ ਗੱਲ ਕੀਤੀ ਸਾਡੀ ਪੂਰੇ ਪਾਕਿਸਤਾਨ ਵਿੱਚ ਇੱਕ ਫੀਮੇਲ ਲਾਹੌਰ ਦੀ ਜਿਹੜੀ ਇੱਕ ਹੀ ਬਾਨਾ ਇੱਕ ਨਿਆ ਜਾਪਨੀਜ਼ ਜਿਹੜਾ ਤੇ ਆਰਟ ਉਸਤੇ ਕੰਮ ਕਰਦੇ ਪੈਨ ਔਰ ਪੂਰੀ ਦੁਨੀਆ ਦੇ ਵਿਚਕਾਰ ਉਬੰਦੀ ਮਸ਼ਹੂਰ ਹੋ ਗਈ ਉਹ ਮੁਖਤਲਫ ਫਰੂਟ ਤੇ ਸਬਜ਼ੀਆਂ ਤੇ ਚੀਜ਼ਾਂ ਨਾਲ ਜਿਹੜਾ ਤੇ कर इस तरह दस्तकारी बड़ा, के दें। मैं उन्हें बड़ा वो करनी है, सपोर्ट करनी है के करो हाँ। क्योंकि अपनी मेहनत कर दे किसी के आगे आदि नहीं फैलाओं से भी खावान है जो जी मन पहचान दी है जिसने मैं पहचाननी सारे सलाम पेश करनी ਜੋ ਆਪਣੀ ਮਿਹਨਤ ਨਾਲ ਜ਼ਿੰਦਗੀ ਨੂੰ ਅੱਗੇ ਲੈ ਜਾਂਦੀ ਪਈਆਂ ਤੇ ਇਨਸ਼ਾਅੱਲਾ ਤੁਹਾਨੂੰ ਵੀ ਕਾਮਯਾਬੀ ਮਿਲਸੀ ਯਕੀਨਨ ਕਾਮਯਾਬੀ ਮਿਲਸੀ ਔਰ ਬਹੁਤ ਸਾਰੀ ਅਚੀ ਫੀਮੇਲਜ਼ ਹੁਣ ਅਸੀਂ ਦੇਖੋ ਹਮੇਸ਼ਾ ਜਿਹੜਾ ਕੋਸ਼ਿਸ਼ ਕਰਨੇ ਜਿਸ ਤਰ੍ਹਾਂ ਬਿਲਕੀਸ ਈਦੀ ਮਨ ਹਾਂ ਜੀ ਅ ਪੂਰੇ ਮੌਸ਼ਰਸ ਤੇ ਕੰਟਰੀਬਿਊਟ ਕਰਦੀ ਹੈ ਪੀਐਨ ਯਕੀਨਨ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਤੁਸੀਂ ਦੇਖੋ ਕਿ ਕਿੰਨੇ ਜਿਹੜਾ ਤੇ ਕੰਮ ਕਰਦੇ ਪੀਐਨ ਇਹਦੀ ਹਾਊਸਸ ਦੇ ਵਿੱਚ ਕਾਰ ਉਹਨਾਂ ਦੀ ਕਿਤੇ ਐਂਬੂਲੈਂਸਸ ਚਲਦੀਆਂ ਪੀਐਨ ਯਤੀਮ ਬੱਚਿਆਂ ਨੂੰ ਉਹਨਾਂ ਨੇ ਰੱਖਿਆ ਹੋਇਆ ਹੈ ਹੁਣ ਅੱਜ ਕੱਲ 올ਡ ਏਜ ਹਾਊਸਸ ਹੁਣ ਉਹਨਾਂ ਚ ਬੁੱਢੇ ਜਿਹੜੇ ਲੋਕ ਹੁਣ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਹੁੰਦੀ ਜਿਨ੍ਹਾਂ ਦਾ ਰਹਿਣੇ ਦਾ ਖਾਣੇ ਪੀਣੇ ਦਾ ਜ਼ਰੀਆ ਉਹਨਾਂ ਨੂੰ ਰੱਖਣਾ ਦੇਖੋ ਆਪਣੇ ਆਪ ਵਿੱਚ ਉਹਨਾਂ ਨੂੰ ਇਸ ਸੀ ਕੋਈ ਫਾਇਦਾ ਦੁਨੀਆਵੀ ਨਹੀਂਗਾ ਯਾਨੀ ਕੋਈ ਪੈਸਾ ਕੋਈ ਚੀਜ਼ ਇਸ ਤਰ੍ਹਾਂ ਦਾ ਕੋਈ ਫਾਇਦਾ ਨਹੀਂਗਾ ਲੇਕਿਨ ਆਖਰਤ ਦਾ ਬਹੁਤ ਫਾਇਦਾ ਹੈ ਔਰ ਉਹ ਕਿੰਨਾ ਆਪਣੀ ਤਰਫੋਂ ਕੰਟਰੀਬਿਊਟ ਕਰਦੇ ਨੇ ਕਿ ਉਹ ਮਾਸ਼ਰੇ ਦੇ ਵਿਚਕਾਰ ਟਾਈਮ ਸਭ ਤੋਂ ਬਿਹਤਰੀਨ ਜਿਹੜਾ ਤੇ ਔਰਤ ਉਹਨਾਂ ਨੂੰ ਅਸੀਂ ਕਹਿ ਸਕਨੇ ਆ ਇਸ ਦੇ ਨਾਲ ਨਾਲ ਅਗਰ ਤੁਸੀਂ ਦੇਖੋ ਪਾਨੋ ਕੁਤਸਿਆ ਉਹਨਾਂ ਨੇ ਆਪਣੇ ਕਲਮ ਦੇ ਜ਼ਰੀਏ ਆਪਣੇ ਲਿਖਣ ਦੇ ਜ਼ਰੀਏ ਲੋਕਾਂ ਤੱਕ ਇਤਨੇ ਇਤਨੇ ਖੂਬਸੂਰਤ ਮੈਸੇਜਸ ਪਹੁੰਚਾਏ ਉਹਨਾਂ ਦੀ ਇਤਨੀ ਕੰਟਰੀਬਿਊਸ਼ਨ ਹੈ ਉਹਨਾਂ ਨੇ ਨਸਲਾਂ ਨੂੰ ਸਵਾਰਨੇ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਜਿਹੜਾ ਤੇ ਅਸੀਂ ਅਗਰ ਦੇਖੀਏ ਮਰੀਮ ਮਰੀਮ ਜਿਹੜੀ 에ਅਰ ਫੋਰਸ ਹੀ ਚਈਆਂ ਜਿਹੜੀ ਸ਼ਹਾਦਤ ਜਿੰਨਾਂ ਨੂੰ ਮਿਲੀ ਹੈ ਪਹਿਲੀ ਫੀਮੇਲ 에ਅਰ ਫੋਰਸ ਪਾਇਲਟ ਹੈਆਂ ਸਾਡੀਆਂ ਔਰ ਇਸੇ ਤਰ੍ਹਾਂ ਆਰਮੀ ਦੇ ਵਿਚਕਾਰ ਉਹਨਾਂ ਤੇ ਬਹੁਤ ਸਾਰੀਆਂ ਫੀਮੇਲਸ ਹੋ ਗਈਆਂ ਆਰਮੀ ਸੀ ਪਹਿਲੇ ਆਰਮੀ ਦੇ ਵਿਚਕਾਰ ਸਿਰਫ ਡਾਕਟਰਸ ਦੇ ਉਰਾਣਾ ਜਾਂ ਜਾ ਕੇ ਮਹਾਸਤੈ ਲੜਨਾ ਇੱਕ ਬੜਾ ਮੁਸ਼ਕਿਲ ਅਮਲ ਸਮਝਿਆ ਜਾਂਦਾ ਹੈ ਲੇਕਿਨ ਦੇਖੋ ਅਸੀਂ ਫੀਮੇਲ ਜਿਹੜੀਆਂ ਅਸੀਂ ਕਿਸੇ ਵੀ ਜਗ੍ਹਾ ਤੇ ਮਰਦਾਂ ਸੀ ਕੰਮ ਨਹੀਂ ਗਏ ਉਹਨਾਂ ਦੇ ਸ਼ਾਨਾ ਬਿਸ਼ਾਨਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨਾਲ ਖਲੋਕੀ ਉਤਨੀ ਸਾਡੀ ਕੰਟਰੀਬਿਊਸ਼ਨ ਹੋਵੇ ਜਿੰਨੀ ਮਰਦਾਂ ਦੀ ਹੁੰਦੀ ਪਈ ਹੈ ਇਸੇ ਤਰ੍ਹਾਂ ਜਿਹੜਾ ਤੇ ਲਾ ਦੀ ਫੀਲਡ ਦੇਖੋ ਆਸਮਾਨ ਜਹਾਂਗੀਰ ਜੈਸਾ ਨਾਮ ਹੈ ਕਿ ਉਹਨਾਂ ਨੇ ਇਤਨਾ ਜ਼ਰਾ ਲਾ ਦੇ ਵਿਚਕਾਰ ਇਤਨਾ ਉਹਨਾਂ ਦਾ ਨਾਮ ਹੈ ਕਿ ਉਹਨਾਂ ਦੀ ਵਫਾਤ ਸੀ ਬਾਅਦ ਵੀ ਹੁਣ ਤੱਕ ਗਰੁੱਪਸ ਜਿਹੜੇ ਨੇ ਪੂਰੇ ਪੂਰੇ ਗਰੁੱਪਸ ਉਹਨਾਂ ਦੇ ਨਾਮਾਂ ਨਾਲ ਜਿਹੜਾ ਤੇ ਜਿਹੜਾ ਪਹਿਚਾਣੇ ਜਾਂਦੇ ਨੇ ਯਕੀਨਨ ਅਸੀਂ ਜਿਹੜਾ ਤੇ ਇਸ ਪਲੇਟਫਾਰਮ ਸੀ तमाम ਉਹਨਾਂ ਫੀਮੇਲਸ ਨੂੰ ਖਿਰਾਜ ਤਹਿਸੀਨ ਪੇਸ਼ ਕਰਨੇ ਆ ਅਸੀਂ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕਰਨੇ ਆ ਜਿਨ੍ਹਾਂ ਨੇ ਇਕਤਸਾਦੀ ਤੌਰ ਤੇ ਮਾਸ਼ੀ ਤੌਰ ਤੇ ਸਮਾਜੀ ਤੌਰ ਤੇ ਕਿਸੇ ਵੀ ਤਰ੍ਹਾਂ ਮੁਲਕ ਦੇ ਹਾਲਾਤ ਨੂੰ ਬਿਹਤਰ ਬਣਾਉਣ ਸੇ ਆਪਣੀ نسل ਨੂੰ ਬਿਹਤਰ ਬਣਾਉਣ ਸੇ ਆਪਣੀ ਕੰਟਰੀਬਿਊਸ਼ਨ ਕੀਤੀ ਹੈ ਸਾਡੀ ਤਰਫੋਂ ਉਹਨਾਂ ਨੂੰ ਬਹੁਤ ਸਲਾਮ ਹੈ ਔਰ ਮੈਂ ਬਹੁਤ ਮਸ਼ਕੂਰ ਹਾਂ ਇਰਮ ਤੁਸੀਂ ਆਏ ਹੋ ਤੁਹਾਨੂੰ प्रोग्राम टाइम दता है यकीन अंत बुलाते रहसी और यकीन खुद की भी बहुत कॉन्ट्रीब्यूशन है और हक हाँ बन रहा है कि अज्जे दिन अब बुला के रिकगनाइज़ करिए बहुत शुक्रिया जी तुम्हें इस तरह के पता है कि हिन्को ट्रांसमिशन का साढ़ा याइम इतना ही है और यकीन जरा बशरते जिंदगी अं तेल मिलते रहसीएँ और सा मुलाकात होती रहसी इन शाला जिंदगी रही तो इस प्लेटफॉर्म के जरिए बहुत सारी ऐसी खूबसूरत गल्ला लैके बहुत सारे ऐसे खूबसूरत मेहमान लैके खिदमत पेश होंसी हैं मनुरम सैर में इजाजत दो अल्लाह निगबान